ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਜਿਹੜੀ ਪੂਰੀ ਟਰੈਵਲਿੰਗ ਦੇ ਰਿਲੇਟਡ ਆ ਤੇ ਇਸ ਕਰਕੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਇਹਦੇ ਵਿੱਚ ਅਸੀਂ ਕਾਫੀ ਟੌਪਿਕ ਜਿਹੜੇ ਆ ਕਲੀਅਰ ਕੀਤੇ ਆ ਕਾਫੀ ਟਰੈਵਲਿੰਗ ਦੇ ਰਿਗਾਰਡਿੰਗ ਜਿਹੜੀ ਆ ਉਹ ਕਲੈਰੀਫਿਕੇਸ਼ਨ ਦਿੱਤੀ ਆ ਤੇ ਜਿੱਦਾਂ ਸਾਰੇ ਸਟੂਡੈਂਟਸ ਦੇ ਮਨ ਵਿੱਚ ਇਹੀ ਕੁਐਸਚਨ ਆਉਂਦਾ ਆ ਕਿ ਕਦੋਂ ਟਰੈਵਲਿੰਗ ਸਟਾਰਟ ਹੋਣੀ ਆ ਚਾਹੇ ਕਿਸੇ ਨੇ ਆਨਲਾਈਨ ਕੋਈ ਸਟੱਡੀ ਕਰ ਰਿਹਾ ਆ ਚਾਹੇ ਕਿਸੇ ਨੇ ਹਜੇ ਅਪਲਾਈ ਕਰਨਾ ਆ ਚਾਹੇ ਕਿਸੇ ਨੇ ਡੈਫਰਮੈਂਟ ਕੀਤੀ ਆ ਬਟ ਸਾਰਿਆਂ ਦੇ ਮਨ ਵਿੱਚ ਇਹੀ ਕੁਐਸਚਨ ਆ ਕਿ ਕਦੋਂ ਟਰੈਵਲਿੰਗ ਸਟਾਰਟ ਹੋਣੀ ਆ ਕੋਈ ਵੀ ਅਸੀਂ ਵੀਡੀਓ ਅਪਲੋਡ ਕਰਦੇ ਆ ਤਾਂ ਉਹਦੇ ਵਿੱਚ ਵੀ ਇਹੀ ਕਮੈਂਟਸ ਦੇ ਵਿੱਚ ਉਹਨਾਂ ਨੇ ਪੁੱਛਿਆ ਹੁੰਦਾ ਕਿ ਕਦੋਂ ਸਟਾਰਟ ਹੋਣੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਅਸੀਂ ਪੂਰਾ ਤੁਹਾਨੂੰ ਇਹਦੇ ਕਲੈਰੀਫਿਕੇਸ਼ਨ ਦਵਾਂਗੇ ਕਿ ਕਦੋਂ ਤੱਕ ਚਾਂਸਸ ਹੈਗੇ ਆ ਸਟਾਰਟ ਹੋਣ ਦੇ ਜੇਕਰ ਗੱਲ ਕਰੀਏ ਟਰੈਵਲਿੰਗ ਦੀ ਤਾਂ ਇੱਥੇ ਦੀ ਗਵਰਨਮੈਂਟ ਨੇ ਤੁਹਾਨੂੰ ਪਤਾ ਕਿ ਜਿਹੜਾ 4-ਫੇਸ ਪਲਾਨ ਅਨਾਉਂਸ ਕੀਤਾ ਸੀਗਾ ਉਹਦੇ ਵਿੱਚ ਤਾਂ ਉਹਨਾਂ ਨੇ ਇਹੀ ਕਿਹਾ ਹੋਇਆ ਆ ਕਿ ਜਦੋਂ ਤੱਕ 70-80% ਪੋਪੂਲੇਸ਼ਨ ਵੈਕਸੀਨੇਟ ਨਹੀਂ ਹੁੰਦੀ ਉਦੋਂ ਤੱਕ ਟਰੈਵਲਿੰਗ ਨਹੀਂ ਸਟਾਰਟ ਹੋਣੀ ਤੇ ਉਹਨਾਂ ਨੇ ਦੱਸਿਆ ਕਿ ਐਂਡ ਆਫ ਦਿਸ ਈਅਰ ਹੋ ਸਕਦੀ ਆ ਬਟ ਉਹਨਾਂ ਨੇ ਹਜੇ ਤੱਕ ਕੋਈ ਟਾਈਮਲਾਈਨ ਨਹੀਂ ਦਿੱਤੀ ਬਸ ਇਹ ਕਿਹਾ ਕਿ ਐਂਡ ਆਫ ਈਅਰ ਹੋ ਸਕਦੀ ਆ ਵੈਕਸੀਨੇਟ ਕੰਪਲੀਟ ਹੋ ਸਕਦੀ ਆ ਜਿੰਨਾ ਉਹਨਾਂ ਦਾ ਟਾਰਗੇਟ ਆ ਬਟ ਹੁਣ ਜੇਕਰ ਆਪਾਂ ਗੱਲ ਕਰੀਏ ਪਰਸੈਂਟੇਜ ਦੀ ਤਾਂ ਹਜੇ ਤੱਕ ਜਿਹੜੀ ਵੈਕਸੀਨ ਆ ਜਿਨ੍ਹਾਂ ਦੀ 1 ਡੋਜ਼ ਕੰਪਲੀਟ ਹੋਇਆ ਉਹ ਆਈ ਥਿੰਕ 36% ਆ ਤੇ ਜਿਨ੍ਹਾਂ ਦੀ ਫੁੱਲੀ ਵੈਕਸੀਨੇਟ ਹੋਇਆ ਉਹ 19% ਆ ਤੇ ਜਿੱਦਾਂ ਉਹਨਾਂ ਨੇ ਕਿਹਾ ਕਿ ਐਂਡ ਆਫ ਈਅਰ ਹੋ ਸਕਦੀ ਆ ਤੁਹਾਨੂੰ ਵੀ ਪਤਾ ਕਿ ਅਗਸਤ ਮਹੀਨਾ ਚੱਲ ਰਿਹਾ ਉਹਦਾ ਵੀ ਮਿਡ ਆ ਗਿਆ ਆ ਤੇ 3-4 ਮੰਥਸ ਰਹਿ ਗਏ ਆ ਜਿਸ ਤਰ੍ਹਾਂ ਪਰਸੈਂਟੇਜ ਚੱਲ ਰਹੀ ਆ ਤੇ ਇੰਨੀ ਜਲਦੀ ਨਹੀਂ ਕੰਪਲੀਟ ਹੋਣਾ ਸਾਰਿਆਂ ਨੂੰ ਪਤਾ ਕਿ ਜਿਹੋ ਜੀ ਉਹਦੀ ਸਪੀਡ ਚੱਲ ਰਹੀ ਮਤਲਬ ਬਹੁਤ ਸਲੋ ਚੱਲ ਰਿਹਾ ਪ੍ਰੋਸੈਸ ਤੇ ਇੰਨੀ ਜਲਦੀ ਕੰਪਲੀਟ ਨਹੀਂ ਤੁਹਾਨੂੰ ਵੀ ਪਤਾ ਕਿ ਹਜੇ ਤੱਕ ਸਿਰਫ 19% ਹੋਈ ਆ ਤੇ ਜਿਸ ਤਰ੍ਹਾਂ ਵੈਕਸੀਨੇਸ਼ਨ ਰੇਟ ਚੱਲ ਰਿਹਾ ਆ ਤਾਂ ਇੰਨੀ ਜਲਦੀ ਕੰਪਲੀਟ ਨਹੀਂ ਹੋਣਾ ਹਜੇ 90 ਨਾ ਮਤਲਬ ਕਿ ਲਾ ਲਓ ਕਿ 20 ਆ ਤੇ ਐਂਡ ਆਫ ਈਅਰ ਤੱਕ ਹੋਰ ਇਹਨਾਂ ਨੂੰ 50-60% ਚਾਹੀਦੀ ਆ ਤੇ ਉਹ ਹਜੇ ਤੱਕ ਇੰਨੀ ਜਲਦੀ ਕੰਪਲੀਟ ਨਹੀਂ ਹੋਣੀ ਹੈਗੀ ਤੇ ਇਸ ਕਰਕੇ ਇਹ ਕਹਿ ਸਕਦੇ ਹਾਂ ਕਿ ਹਜੇ ਟਰੈਵਲਿੰਗ ਨੂੰ ਆਲਮੋਸਟ 1 ਈਅਰ ਲੱਗ ਜਾਣਾ ਆ ਸਟਾਰਟ ਤੇ ਬਹੁਤ ਸਾਰੇ ਸਟੂਡੈਂਟਸ ਦੇ ਇਹ ਕਮੈਂਟਸ ਹੁੰਦੇ ਆ ਕਿ ਸਾਡਾ ਗੈਪ ਵੱਧ ਰਿਹਾ ਆ ਸਾਡੀ ਆਈਲਸ ਐਕਸਪਾਇਰ ਹੋ ਰਹੀ ਆ ਅਸੀਂ ਤੁਹਾਡੀ ਗੱਲ ਨਾਲ ਪੂਰਾ ਐਗਰੀ ਕਰਦੇ ਆ ਕਿ ਹਾਂ ਕਾਫੀ ਸਟੂਡੈਂਟ ਦਾ ਗੈਪ ਵੱਧ ਰਿਹਾ ਆ ਆਈਲਸ ਐਕਸਪਾਇਰ ਹੋ ਰਹੀ ਆ ਬਟ ਜੇਕਰ ਤੁਸੀਂ ਆਪਣਾ ਮਤਲਬ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ ਨਹੀਂ ਵੇਟ ਕਰਨਾ ਚਾਹੁੰਦੇ ਜਾਂ ਤੁਹਾਨੂੰ ਗੈਪ ਦਾ ਡਰ ਆ ਤੇ ਫਿਰ ਤੁਹਾਡੇ ਲਈ ਬੈਸਟ ਆਪਸ਼ਨ ਤਾਂ ਇਹੀ ਆ ਕਿ ਤੁਸੀਂ ਕੋਈ ਹੋਰ ਕੰਟਰੀ ਚੂਜ਼ ਕਰ ਲਓ ਜੇਕਰ ਤੁਹਾਡਾ ਇਹੀ ਡ੍ਰੀਮ ਆ ਕਿ ਤੁਸੀਂ ਕਿਤੇ ਬਾਹਰ ਜਾ ਕੇ ਹੀ ਸਟੱਡੀ ਕਰਨੀ ਆ ਤੇ ਫਿਰ ਤੁਹਾਡੇ ਲਈ ਇਸ ਤੋਂ ਆਪਸ਼ਨ ਇਹੀ ਬੈਸਟ ਰਹੂਗੀ ਕਿ ਤੁਸੀਂ ਕੋਈ ਹੋਰ ਕੰਟਰੀ ਚੂਜ਼ ਕਰ ਲਓ ਫੋਰ ਐਗਜ਼ਾਮਪਲ ਜੇਕਰ ਤੁਸੀਂ ਕੈਨੇਡਾ ਚੂਜ਼ ਕਰਦੇ ਆ ਤਾਂ ਉੱਥੇ ਜੀ ਕਹਿ ਰਹੇ ਆ ਕਿ ਸੈਪਟੈਂਬਰ ਤੱਕ ਜਿਹੜੀ ਟਰੈਵਲਿੰਗ ਆ ਸਟਾਰਟ ਹੋ ਜਾਣੀ ਆ ਤੇ ਜਦ ਤੱਕ ਆਸਟ੍ਰੇਲੀਆ ਦੀ ਸਟਾਰਟ ਹੋਣੀ ਆ ਉਦੋਂ ਤੱਕ ਕੈਨੇਡਾ ਵਾਲਿਆਂ ਦੀ ਜਿਹੜੀ ਸਟੱਡੀ ਆਲਮੋਸਟ ਕੰਪਲੀਟ ਹੋਣ ਵਾਲੀ ਹੋਣੀ ਆ ਤੇ ਦੂਜੇ ਪਾਸੇ ਜੇਕਰ ਕਈਆਂ ਦਾ ਇਹੀ ਡ੍ਰੀਮ ਆ ਕਿ ਅਸੀਂ ਆਸਟ੍ਰੇਲੀਆ ਜਾ ਕੇ ਹੀ ਸਟੱਡੀ ਕਰਨੀ ਆ ਤੇ ਫਿਰ ਉਹਨਾਂ ਨੂੰ ਤਾਂ ਅਸੀਂ ਇਹੀ ਐਡਵਾਈਸ ਦੇ ਸਕਦੇ ਆ ਕਿ ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਆਪਣੀ ਸਟੱਡੀ ਕੰਟੀਨਿਊ ਕਰ ਲਓ ਤਾਂ ਕਿ ਤੁਹਾਡਾ ਗੈਪ ਨਾ ਵਧੇ ਤੁਹਾਡੇ ਜੇਕਰ ਤੁਹਾਨੂੰ ਕੋਈ ਇਦਾਂ ਦਾ ਡਰ ਆ ਕਿ ਸਾਡਾ ਗੈਪ ਵੱਧ ਰਿਹਾ ਆ ਫਿਰ ਤੁਸੀਂ ਆਪਣੀ ਸਟੱਡੀ ਕੋਈ ਹੋਰ ਉੱਥੇ ਲੈ ਲਓ ਤੇ ਆਪਣੀ ਉਹ ਕੰਟੀਨਿਊ ਕਰ ਲਓ ਜਦ ਤੱਕ ਇੱਥੇ ਦੀ ਟਰੈਵਲਿੰਗ ਸਟਾਰਟ ਹੋਣੀ ਆ ਤੁਸੀਂ ਆਪਣਾ ਉਹ ਗੈਪ ਕਵਰ ਕਰ ਸਕਦੇ ਹੋ ਤੇ ਕਿਉਂਕਿ ਆਨਲਾਈਨ ਸਟੱਡੀ ਕਰਨ ਦਾ ਜਾਂ ਡੈਫਰਮੈਂਟ ਦਾ ਕੋਈ ਫਾਇਦਾ ਨਹੀਂ ਹੈਗਾ ਹਾਂ ਕਈ ਸਟੂਡੈਂਟਸ ਹੈਗੇ ਜਿਹੜੇ ਅਫੋਰਡ ਕਰ ਸਕਦੇ ਆ ਉਹ ਜ਼ਰੂਰ ਕਰੋ ਬਟ ਜਿਨ੍ਹਾਂ ਨੇ ਹਜੇ ਅਪਲਾਈ ਨਹੀਂ ਕੀਤਾ ਹੈਗਾ ਜਿਨ੍ਹਾਂ ਨੂੰ ਇਹ ਹੈ ਕਿ ਅਸੀਂ ਉੱਧਰ ਜਾ ਕੇ ਹੀ ਸਟੱਡੀ ਕਰਨੀ ਆ ਫਿਰ ਉਹਨਾਂ ਦੀ ਇਹੀ ਆਪਸ਼ਨ ਆ ਕਿ ਉਹ ਆਪਣੀ ਹੋਰ ਉੱਥੇ ਆਪਣੀ ਉੱਥੇ ਸਟੱਡੀ ਕੰਟੀਨਿਊ ਕਰ ਲਓ ਜਦੋਂ ਤੱਕ ਟਰੈਵਲਿੰਗ ਨਹੀਂ ਸਟਾਰਟ ਹੁੰਦੀ ਬਾਕੀ ਜੇ ਗੱਲ ਕਰੀਏ ਕਿਸੇ ਵੀ ਕੰਸਲਟੈਂਟ ਦੀ ਜਾਂ ਕਿਸੇ ਵੀ ਏਜੰਟ ਦੇ ਉਹਨਾਂ ਨੇ ਇਹ ਐਡਵਾਈਸ ਨਹੀਂ ਦੇਣੀ ਕਿ ਤੁਸੀਂ ਥੋੜਾ ਟਾਈਮ ਵੇਟ ਕਰ ਲਓ ਉਹਨਾਂ ਨੇ ਕਹਿ ਦੇਣਾ ਹੈ ਕਿ ਤੁਸੀਂ ਅਪਲਾਈ ਕਰ ਲਓ ਤੁਹਾਡਾ ਵੀਜ਼ਾ ਆ ਜਾਊਗਾ ਤੇ ਥੋੜੇ ਟਾਈਮ ਨੂੰ ਟਰੈਵਲਿੰਗ ਸਟਾਰਟ ਹੋ ਜਾਣੀ ਹੈ ਤੇ ਤੁਸੀਂ ਟਰੈਵਲਿੰਗ ਕਰ ਸਕਦੇ ਹੋ ਤੇ ਆਸਟ੍ਰੇਲੀਆ ਜਾ ਕੇ ਕੰਟੀਨਿਊ ਆਪਣੀ ਸਟੱਡੀ ਕਰ ਸਕਦੇ ਹੋ ਕਿਉਂਕਿ ਉਹਨਾਂ ਨੂੰ ਇਹ ਨਹੀਂ ਮਤਲਬ ਹੁੰਦਾ ਕਿ ਤੁਸੀਂ ਸਟੱਡੀ ਆਪਣੀ ਹੋਮ ਕੰਟਰੀ ਦੇ ਵਿੱਚ ਕਰ ਰਹੇ ਹੋ ਜਾਂ ਆਸਟ੍ਰੇਲੀਆ ਦੇ ਵਿੱਚ ਆ ਕੇ ਕਰ ਰਹੇ ਹੋ ਉਹਨਾਂ ਨੂੰ ਫੀਸ ਦੇ ਵਿੱਚੋਂ ਆਪਣਾ ਸ਼ੇਅਰ ਮਿਲਦਾ ਹੈ ਆਪਣਾ ਪਰਸੈਂਟੇਜ ਮਿਲਦਾ ਹੈ ਤਾਂ ਕਰਕੇ ਉਹ ਇਹ ਗੱਲਾਂ ਸਾਰੀਆਂ ਲੁਕੋ ਕੇ ਰੱਖਦੇ ਆ ਏਜੰਟਸ ਨੂੰ ਤਾਂ ਇਹੀ ਹੁੰਦਾ ਆ ਕਿ ਉਹਨਾਂ ਨੂੰ ਆਪਣਾ ਪਰਸੈਂਟੇਜ ਚਾਹੀਦਾ ਚਾਹੇ ਤੁਸੀਂ ਆਨਲਾਈਨ ਸਟੱਡੀ ਕਰੋ ਚਾਹੇ ਤੁਸੀਂ ਆਸਟ੍ਰੇਲੀਆ ਜਾ ਕੇ ਕਰੋ ਉਹਨਾਂ ਨੂੰ ਆਪਣਾ ਪਰਸੈਂਟੇਜ ਚਾਹੀਦਾ ਆ ਇਸ ਕਰਕੇ ਉਹਨਾਂ ਨੇ ਤੁਹਾਨੂੰ ਇਹ ਸਲਾਹ ਨਹੀਂ ਦੇਣੀ ਕਿ ਤੁਸੀਂ ਵੇਟ ਕਰ ਲਓ ਤੇ ਇਸ ਕਰਕੇ ਅਸੀਂ ਜੇਕਰ ਤੁਸੀਂ ਸਾਡੇ ਤੋਂ ਜੈਨੂਇਨ ਐਡਵਾਈਸ ਲੈਣੀ ਆ ਤਾਂ ਅਸੀਂ ਤਾਂ ਇਹੀ ਕਹਾਂਗੇ ਕਿ ਤੁਸੀਂ ਹਜੇ ਤੱਕ ਵੇਟ ਕਰ ਲਓ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਤੇ ਆਪਣੇ ਜੇਕਰ ਤੁਹਾਨੂੰ ਲੱਗ ਰਿਹਾ ਤੁਹਾਡਾ ਗੈਪ ਵੱਧ ਰਿਹਾ ਆ ਜਾਂ ਆਈਲਸ ਐਕਸਪਾਇਰ ਹੋ ਰਹੀ ਆ ਤੇ ਗੈਪ ਦੇ ਵਾਸਤੇ ਇਹੀ ਆ ਕਿ ਤੁਸੀਂ ਆਪਣੀ ਕੋਈ ਹੋਮ ਕੰਟਰੀ ਦੇ ਵਿੱਚ ਸਟੱਡੀ ਕੰਟੀਨਿਊ ਕਰ ਲਓ ਜਿੰਨਾ ਚਿਰ ਟਰੈਵਲਿੰਗ ਨਹੀਂ ਸਟਾਰਟ ਹੁੰਦੀ ਕਿ ਤੁਹਾਡਾ ਜਿਹੜਾ ਗੈਪ ਆ ਉਹ ਕਵਰ ਹੋ ਜਾਵੇ ਤੇ ਆਈਲਸ ਦੀ ਜੇਕਰ ਗੱਲ ਕਰੀਏ ਤਾਂ ਜਿੱਦਾਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਆਈਲਸ 3 ਇਅਰਸ ਦੇ ਲਈ ਵੈਲਿਡ ਆ ਮਾਈਗ੍ਰੇਸ਼ਨ ਪਰਪਸ ਦੇ ਲਈ 3 ਇਅਰ ਲਈ ਆ ਤੇ ਜੇਕਰ ਗੱਲ ਕਰੀਏ ਸਟੱਡੀ ਦੇ ਲਈ ਉਹਦੇ ਲਈ 2 ਇਅਰਸ ਦੇ ਲਈ ਵੈਲਿਡ ਬਾਕੀ ਕਈ ਚੈਨਲਸ ਇਸ ਰਿਗਾਰਡਿੰਗ ਵੀਡੀਓਜ਼ ਪਾਉਂਦੇ ਆ ਕਿ ਟਰੈਵਲਿੰਗ ਸਟਾਰਟ ਹੋ ਜਾਣੀ ਹੈ ਇਸ ਇਅਰ ਦੇ ਲਾਸਟ ਤੱਕ ਹੋ ਜਾਣੀ ਹੈ ਜਾਂ ਨੈਕਸਟ ਇਅਰ ਦੇ ਸਟਾਰਟਿੰਗ ਦੇ ਵਿੱਚ ਹੋ ਜਾਣੀ ਆ ਬਟ ਟਾਈਮਲਾਈਨ ਕੋਈ ਨਹੀਂ ਹੈਗੀ ਆ ਕੋਈ ਉਹਨਾਂ ਨੇ ਦੱਸਿਆ ਨਹੀਂ ਹੈਗਾ ਫਿਕਸ ਟਾਈਮ ਕਿ ਇਦੋਂ ਤੱਕ ਸਟਾਰਟ ਹੋ ਜਾਣੀ ਆ ਸਾਰੇ ਇਹੀ ਆ ਕਿ 80% ਸਾਨੂੰ ਲੱਗਦਾ ਆ ਕਿ
ਬਟ ਵੈਕਸੀਨੇਸ਼ਨ ਰੇਟ ਜਿੱਦਾਂ ਦਾ ਚੱਲ ਰਿਹਾ ਆ ਅਤੇ ਤੁਹਾਨੂੰ ਵੀ ਪਤਾ ਹੈ ਕਿ ਆਲਮੋਸਟ ਇਹ ਵੀ ਈਅਰ ਖਤਮ ਹੋਣ ਵਾਲਾ ਹੈ, 2-3 months ਰਹਿ ਗਏ ਆ ਅਤੇ ਇਸ ਈਅਰ 80% ਹੋਣਾ ਪੋਸੀਬਿਲਿਟੀਜ਼ ਨਹੀਂ ਆ, ਕਿਉਂਕਿ ਇੰਟਰਨੈਸ਼ਨਲ ਟਰੈਵਲਰਸ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਸਾਰੇ ਉਦੋਂ ਹੀ ਟਰੈਵਲ ਕਰ ਸਕਦੇ ਆ ਜਦੋਂ ਇੱਥੇ ਵੈਕਸੀਨੇਸ਼ਨ ਰੇਟ 80% ਹੋ ਜੂਗਾ। ਅਤੇ ਸਾਰੇ ਜਾਣਦੇ ਆ ਕਿ 80% ਹੋਣ ਨੂੰ ਹਜੇ ਟਾਈਮ ਲੱਗਣਾ ਜਿਸ ਤਰ੍ਹਾਂ ਦੀ ਇੱਥੇ ਵੈਕਸੀਨੇਸ਼ਨ ਰੇਟ ਚੱਲ ਰਿਹਾ। ਬਹੁਤੀਆਂ ਵੀਡੀਓਜ਼ ਕਾਫੀ ਚੈਨਲ ਨੇ ਵੀਡੀਓਜ਼ ਅਪਲੋਡ ਕੀਤੀਆਂ ਹੁੰਦੀਆਂ, ਸਿਰਫ ਟਰੈਵਲਿੰਗ ਦੇ ਰਿਲੇਟਡ ਹੀ ਵੀਡੀਓਜ਼ ਪਾਉਂਦੇ ਆ ਅਤੇ ਜ਼ਿਆਦਾ ਵੀਡੀਓਜ਼ ਦੇਖ ਕੇ ਪਜ਼ਲ ਨਾ ਹੋਵੋ, ਕਿਉਂਕਿ 80% ਵੈਕਸੀਨੇਸ਼ਨ ਨੂੰ ਟਾਈਮ ਹਜੇ ਥੋੜ੍ਹਾ ਹੈਗਾ ਆ, ਲੱਗਣਾ ਆ। ਅਤੇ ਜੇ ਕਿਸੇ ਨੇ ਜੈਨੂਅਨ ਐਡਵਾਈਸ ਲੈਣੀ ਹੈ ਤਾਂ ਅਸੀਂ ਉਹਨੂੰ ਇਹੀ ਕਹਾਂਗੇ ਕਿ ਕੋਈ ਵੀ ਸਟੂਡੈਂਟ ਵੇਟ ਕਰਦਾ ਕਰਦਾ ਗੈਪ ਨਾ ਵੱਧ ਜਾਵੇ ਕਿਸੇ ਦਾ ਵੀ ਸਟੱਡੀ 'ਚ, ਤਾਂ ਬਾਅਦ ਵਿੱਚ ਉਹਨੂੰ ਸਟੱਡੀ ਕੰਟੀਨਿਊ ਕਰਨ 'ਚ ਪ੍ਰੋਬਲਮ ਆਵੇ। ਬਸ ਮੇਨ ਮੋਟਿਵ ਸਾਡਾ ਇਹੀ ਆ। ਬਸ ਅੱਜ ਦੀ ਵੀਡੀਓ ਵਿੱਚ ਇਹੀ ਅਸੀਂ ਸਾਰਾ ਦੱਸਣਾ ਸੀਗਾ ਕਿ ਅਸਲ ਦੇ ਵਿੱਚ ਟਰੈਵਲਿੰਗ ਸਟਾਰਟ ਕਦੋਂ ਹੋਣੀ ਆ, 80% ਵੈਕਸੀਨੇਸ਼ਨ ਕਦੋਂ ਤੱਕ ਹੋ ਸਕਦੀ ਆ। ਵੀਡੀਓ ਸਾਰੇ ਪਾ ਦਿੰਦੇ ਆ ਬਟ ਟਾਈਮ ਲਾਈਨ ਕੋਈ ਨਹੀਂ ਦੱਸਦਾ ਹੈਗਾ ਆ। ਅਤੇ ਅੱਜ ਜੋ ਵੀ ਅਸੀਂ ਦੱਸਿਆ ਆ, ਤੁਸੀਂ ਜਿਹੜੇ ਵੀ ਸਟੂਡੈਂਟ ਨੇ ਅਪਲਾਈ ਕਰਨਾ ਉਹ ਇੱਕ ਵਾਰੀ ਜ਼ਰੂਰ ਆਪਣਾ ਸੋਚ ਵਿਚਾਰ ਕੇ ਹੀ ਅਪਲਾਈ ਕਰਿਓ। ਬਾਕੀ ਜੋ ਵੀ ਟੋਪਿਕ ਸੀਗਾ, ਜੋ ਵੀ ਕਲੈਰੀਫਿਕੇਸ਼ਨ ਸੀਗੀ, ਹਰੇਕ ਟੋਪਿਕ ਦੇ ਉੱਤੇ ਅਸੀਂ ਦੇ ਦਿੱਤੀ। ਅੱਜ ਦੀ ਵੀਡੀਓ ਦਾ ਸਾਡਾ ਇਹੀ ਮੋਟਿਵ ਸੀਗਾ ਕਿ ਅਸੀਂ ਸਟੂਡੈਂਟਸ ਨੂੰ ਦੱਸ ਸਕੀਏ ਕਿ ਇੱਥੇ ਦਾ ਟਰੈਵਲਿੰਗ ਨੂੰ ਲੈ ਕੇ ਕੀ ਕੰਡੀਸ਼ਨ ਆ, ਕੀ ਸਿਚੁਏਸ਼ਨ ਆ, ਕਿਉਂਕਿ ਸਾਰੇ ਸਟੂਡੈਂਟਸ ਦਾ ਮਤਲਬ ਅਸੀਂ ਸਮਝ ਸਕਦੇ, ਅਸੀਂ ਵੀ ਸਟੂਡੈਂਟ ਵੀਜ਼ਾ 'ਤੇ ਹਜੇ ਤੱਕ ਹਾਂ, ਕਿ ਕੀ ਸਟੂਡੈਂਟ ਦੀ ਫੀਲਿੰਗ ਹੁੰਦੀ ਜਦੋਂ ਆਪਾਂ ਕਿਤੇ ਸਟੱਕ ਹੋਏ ਹੁੰਦੇ ਹਾਂ ਜਾਂ ਵੀਜ਼ਾ ਆ ਗਿਆ, ਅਸੀਂ ਟਰੈਵਲਿੰਗ ਨਹੀਂ ਕਰ ਸਕਦੇ। ਅਤੇ ਇਸ ਕਰਕੇ ਸਾਨੂੰ ਇਹ ਆ ਕਿ ਕਿਸੇ ਦੀ ਹੈਲਪ ਹੋ ਸਕੇ, ਕੋਈ ਮਤਲਬ ਅਪਲਾਈ ਕਰਨ ਤੋਂ ਬਚ ਜਾਵੇ ਕਿ ਹਾਂ ਬਾਅਦ ਵਿੱਚ ਵੀ ਬੰਦਾ ਫਸ ਜਾਂਦਾ ਕਿ ਹਾਂ ਕਾਫੀ ਕਾਫੀ ਇਨਵੈਸਟਮੈਂਟ ਲੱਗੀ ਹੁੰਦੀ ਆ, ਕਈਆਂ ਸਟੱਡੀ ਲੋਨ ਵਗੈਰਾ ਲਿਆ ਹੁੰਦਾ ਜਾਂ ਕਈਆਂ ਤੋਂ ਬੋਰੋ ਕੀਤਾ ਹੁੰਦਾ ਆ, ਅਤੇ ਅਸੀਂ ਇਹ ਪਰੇਸ਼ਾਨੀ ਸਮਝਦੇ ਹਾਂ। ਤਾਂ ਕਰਕੇ ਹੀ ਸਾਡਾ ਮੇਨ ਮੋਟਿਵ ਇਹੀ ਹੁੰਦਾ ਵੀਡੀਓਜ਼ ਦਾ ਕਿ ਹਰੇਕ ਨੂੰ ਜੈਨੂਅਨ ਐਡਵਾਈਸ ਦਈਏ ਕਿ ਕਿਸੇ ਦਾ ਇੱਦਾਂ ਦੀ ਕੰਡੀਸ਼ਨ 'ਚ ਨਾ ਫਸੇ ਕਿ ਉਹਨਾਂ ਦਾ ਪੈਸਾ ਵੀ ਜਾਵੇ ਅਤੇ ਉਹਨਾਂ ਦਾ ਗੈਪ ਵੀ ਵੱਧ ਜਾਵੇ, ਕੋਈ ਉਹਨਾਂ ਦੀ ਸਿਚੁਏਸ਼ਨ ਨਾ ਆ ਜਾਵੇ ਕਿ ਹਾਂ ਉਹਨਾਂ ਨੂੰ ਬਾਅਦ ਵਿੱਚ ਪਛਤਾਉਣਾ ਪਵੇ। ਇਸ ਕਰਕੇ ਅਸੀਂ ਇਹੀ ਮਤਲਬ ਤਾਂ ਕਰਕੇ ਅਸੀਂ ਵੀਡੀਓ ਅਪਲੋਡ ਕੀਤੀ ਆ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕੀ ਇੱਥੇ ਦੀ ਰਿਐਲਿਟੀ ਆ। ਰਿਐਲਿਟੀ ਦੱਸਣ ਦਾ ਇਹੀ ਮਤਲਬ ਆ ਕਿ ਕਈ ਸਟੂਡੈਂਟ ਨੂੰ ਹਜੇ ਵੀ ਇਹ ਲੱਗਦਾ ਕਿ ਘਰੇ ਡਿਸੰਬਰ ਤੱਕ ਖੁੱਲ ਜਾਣਾ ਆ, ਬਟ ਅਸੀਂ ਜੋ ਰਿਐਲਿਟੀ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਦੱਸ ਦਿੱਤੀ ਆ ਉਹੀ ਆ। ਸਟੂਡੈਂਟਸ ਨੂੰ ਇਹ ਆ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਆਈਏ, ਉਹਨਾਂ ਹੀ ਜਿਹੜੇ ਇੱਥੇ ਸਟੱਕ ਹੋਏ ਆ ਉਹ ਇੰਡੀਆ ਜਾਣ ਲਈ ਉਹਨਾਂ ਹੀ ਉਹਨਾਂ ਨੂੰ ਆ, ਅਤੇ ਉਹਨਾਂ ਵਿੱਚੋਂ ਅਸੀਂ ਵੀ ਇੱਕ ਆ ਕਿ ਸਾਨੂੰ ਵੀ ਆ ਕਿ ਸਾਨੂੰ 3 ਈਅਰ ਹੋ ਗਏ ਆ ਅਤੇ ਅਸੀਂ ਵੀ ਇੰਡੀਆ ਜਾਈਏ। ਬਸ ਮੇਨ ਮੋਟਿਵ ਵੀਡੀਓ ਦਾ ਇਹੀ ਸੀਗਾ ਕਿ ਕੀ ਰਿਐਲਿਟੀ ਹੈਗੀ ਆ ਟਰੈਵਲਿੰਗ ਨੂੰ ਲੈ ਕੇ, ਤਾਂ ਆਸਟ੍ਰੇਲੀਆ ਨੂੰ ਸਟੂਡੈਂਟ ਕਦੋਂ ਤੱਕ ਟਰੈਵਲ ਕਰ ਸਕਦੇ ਆ। ਬਾਕੀ ਅੱਜ ਦੀ ਵੀਡੀਓ ਵਿੱਚ ਬਸ ਆਹੀ ਟੋਪਿਕ ਸੀਗੇ ਜਿਹੜੇ ਅਸੀਂ ਕਲੀਅਰ ਕਰਨੇ ਸੀਗੇ, ਅਤੇ ਟਰੈਵਲਿੰਗ ਨੂੰ ਲੈ ਕੇ ਕਈਆਂ ਦੇ ਕੁਐਸਚਨ ਸੀਗੇ, ਤਾਂ ਹੋਰ ਵੀ ਕਈ ਟੋਪਿਕ ਸੀਗੇ ਜਿੱਦਾਂ ਕਿ ਆਇਲਸ ਦਾ ਜਾਂ ਗੈਪ ਦਾ ਜਾਂ ਹੋਰ ਕੰਟਰੀ 'ਚ ਅਪਲਾਈ ਕਰਨ ਦਾ, ਅਤੇ ਕੋਸ਼ਿਸ਼ ਕੀਤੀ ਆ ਕਿ ਹਰੇਕ ਨੂੰ ਆਪਣਾ ਆਨਸਰ ਮਿਲ ਗਿਆ ਹੋਊਗਾ। ਕਈਆਂ ਦਾ ਹੋਰ ਵੀ ਕੋਈ ਕੁਐਸਚਨ ਰਹਿ ਗਿਆ ਹੋਊਗਾ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਆ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਵੀ ਰਿਪਲਾਈ ਕਰ ਦਈਏ। ਅਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ, ਅਤੇ ਵੀਡੀਓ ਸਹੀ ਲੱਗੀ ਆ ਤਾਂ ਜ਼ਰੂਰ ਲਾਈਕ ਜ਼ਰੂਰ ਕਰ ਦਿਓ, ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਜਲਦੀ ਹੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।